ਤਰਸੇਮ ਸਿੰਘ, ਪਿੰਡ ਛੋਟੀ ਜਵੱਦੀ ਦਾ ਰਹਿਣ ਵਾਲਾ ਵਾਂ। ਮੈਂ ਇਹ ਜਿਹੜਾ ਸ਼ਿਵਰਾਤਰੀ ਦਾ ਭੰਡਾਰਾ ਲਾਈਦਾ ਸੀ, ਇਹ ਅਸੀਂ ਘੱਟੋ ਘੱਟ ਵੀ 15-16 ਸਾਲ ਹੋ ਗਏ ਨੇ ਉਦੋਂ ਤੋਂ ਅਸੀਂ ਲਾਉਂਦੇ ਆ ਰਹੇ ਹਾਂ। ਇਸ ਭੰਡਾਰੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਆ ਕਿ ਇੱਕ ਦਿਨ ਪਹਿਲਾਂ ਅਸੀਂ ਸਾਰੇ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਦੀ ਆ, ਅਤੇ ਦੂਜੇ ਦਿਨ ਅਸੀਂ ਪੰਡਿਤ ਜੀ ਨੂੰ ਬੁਲਾ ਕੇ ਭੰਡਾਰੇ ਵਾਸਤੇ ਪੂਜਾ ਕਰਾਈ ਦੀ ਆ। ਭੰਡਾਰੇ ਕਰਨ ਲਈ ਅਸੀਂ ਸਿੰਗਰ ਵੀ ਲਵਾਉਂਦੇ ਹਾਂ, ਸਿੰਗਰਾਂ ਦੇ ਲਾਉਣ ਤੋਂ ਬਾਅਦ ਅਸੀਂ ਫਿਰ ਭੰਡਾਰਾ ਸ਼ੁਰੂ ਕਰੀਦਾ, ਜਿਹਦੇ ਵਿੱਚ ਸਾਰੇ ਮੱਲਾ ਵਾਸੀ ਭੰਡਾਰਾ ਖਾ ਕੇ ਜਾਂਦੇ ਹਨ। ਅੱਜ ਸ਼ਿਵਰਾਤਰੀ ਦੇ ਪਾਵਨ ਅਵਸਰ ਦੀ ਸਮੂਹ ਲੱਕਾਂ ਵਾਸੀਆਂ ਨੂੰ, ਸਾਰੇ ਪੰਜਾਬੀਆਂ ਨੂੰ, ਭਾਰਤੀਆਂ ਨੂੰ ਬਹੁਤ ਬਹੁਤ ਵਧਾਈ। ਅੱਜ ਭਗਤ ਤਰਸੇਮ ਜੀ ਨੇ ਛੋਟੀ ਜਵੱਦੀ ਵਾਰਡ ਨੰਬਰ 45 ਵਿਖੇ ਇੱਕ ਲੰਗਰ ਲਗਾਇਆ ਗਿਆ, ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਵਿੱਚ ਜਿੱਥੇ ਸਾਰਿਆਂ ਨੇ ਸੇਵਾ ਕੀਤੀ ਉੱਥੇ ਸਾਰੇ ਗਰੀਬ ਬੱਚਿਆਂ ਨੇ ਇਸ ਭੋਜਨ ਦਾ, ਇਸ ਲੰਗਰ ਦਾ ਆਨੰਦ ਮਾਣਿਆ। ਮੈਂ ਤਰਸੇਮ ਜੀ ਨੂੰ, ਇਹਨਾਂ ਦੀ ਸਮੁੱਚੀ ਟੀਮ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੰਦਾ ਅਤੇ ਵਿਸ਼ਵਾਸ ਦਿਵਾਉਣਾ ਕਿ ਸਦਾ ਹੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਖੜੂੰਗਾ। ਸ਼ਿਵਰਾਤਰੀ ਦੇ ਪਾਵਨ ਅਵਸਰ ਦੀ ਫਿਰ ਤੋਂ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ। ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।